ਹਾਂਜੀ ਤੁਹਾਡਾ ਬਾਬਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਵਿੱਚ ਆਪਾਂ ਗੱਲ ਕਰਨੀ ਹੈ ਇੱਕ ਅਪਡੇਟ ਹੈ ਜਿਹੜਾ ਕੈਨੇਡਾ ਨੇ ਇੰਡੀਆ ਨੇ ਜਿਹੜਾ ਦਿੱਤਾ ਹੈਗਾ ਜੋ ਕਿ ਸਪਾਊਸਲ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਵਾਸਤੇ ਨੇਗੇ ਜਿਨ੍ਹਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈਗਾ ਵਰਕ ਪਰਮਿਟ ਤੇ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੈਗਾ ਐਲ ਐਮ ਆਈਏ 베ਸਟ ਵਰਕ ਪਰਮਿਟ ਦੇ ਉੱਤੇ ਹੈਗਾ ਤਾਂ ਉਹਨਾਂ ਲਈ ਜਿਹੜਾ ਇੱਕ ਮੇਨ ਅਪਡੇਟ ਦਿੱਤਾ ਹੈਗਾ ਜੋ ਕਿ ਕੈਨੇਡਾ ਤੋਂ ਆਪਦੇ ਸਪਾਊਸ ਨੂੰ ਇੰਡੀਆ ਤੋਂ ਸਪான்ਸਰ ਕਰ ਰਹੇ ਨੇ ਤੇ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਨੇ ਐਮਬੈਸੀ ਦੇ ਵਿੱਚ ਲੱਗੀਆਂ ਹੋਈਆਂ ਕੈਨੇਡਾ ਦੇ ਵਿੱਚ ਸਟੇਟਸ ਚੇਂਜ ਹੋ ਰਿਹਾਗਾ ਚਾਹੇ ਉਹ ਸਟੱਡੀ ਪਰਮਿਟ ਤੇ ਹੈਗਾਗਾ ਚਾਹੇ ਉਹ ਪੋਸਟ ਗ੍ਰੈਜੂਏਟ ਪਰਮਿਟ ਤੇ ਹੈਗਾ ਚਾਹੇ ਉਹ ਐਲ ਐਮ ਆਈ ਦੇ 베ਸਡ ਜਿਹੜਾ ਵਰਕ ਪਰਮਿਟ ਆ ਉਸ ਦੇ ਉੱਤੇ ਹੈਗਾਗਾ ਐਗਜ਼ੈਂਪਸ਼ਨ ਕੋਡ ਦੇ ਨਾਲ ਸੀ 41 ਦੇ ਵਿੱਚ ਜਿਹੜਾ ਕਰਾ ਉਹ ਆ ਗਿਆਗਾ ਤਾਂ ਉਹਨਾਂ ਨੂੰ ਜਿਹੜੇ ਹੈਗੇ ਨੇ ਕੁਝ ਡਾਕੂਮੈਂਟ ਨੇ ਜਿਹੜੇ ਉਹ ਪ੍ਰੋਵਾਈਡ ਕਰਨੇ ਪੈਣਗੇ ਜੋ ਕਿ ਉਹਨਾਂ ਨੇ ਨੀਚੇ ਦੱਸਿਆਗਾ ਕਿ ਇੱਕ ਕਾਪੀ ਕਰਨੀ ਹੈ ਉਹਨਾਂ ਨੇ ਵਰਕ ਪਰਮਿਟ ਦੀ ਜਦੋਂ ਉਹਨਾਂ ਦੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲ ਗਿਆ ਤਾਂ ਉਹ ਵਰਕ ਪਰਮਿਟ ਦੀ ਜਿਹੜੀ ਕਾਪੀ ਹੈ ਜਿਹੜੀ ਉਹ ਲਗਾਉਣੀ ਹੈਗੀ ਫਿਰ ਉਹਨੇ ਕਹੇ ਲੈਵਲ ਦਾ ਜਿਹੜਾ ਲੈਟਰ ਹੋਣਾ ਚਾਹੀਦਾ ਜੂ ਵੀ ਵੀ ਮੈਨੂੰ ਲੱਗਦਾ ਸਾਰਿਆਂ ਨੇ ਅਪਡੇਟ ਕਰ ਹੀ ਦਿੰਦੇ ਹੋਣਗੇ ਜਿਸ ਤੋਂ ਬਾਅਦ ਜਿਹੜਾ ਹੈਗਾ ਸਪਸ ਦੀ ਰੀਸੈਂਟ ਪੇ ਸਲਿਪਸ ਜਿਹੜੀਆਂ ਲਾਉਣੀਆਂ ਨੇ ਤੁਸੀਂ ਕਟੋ-ਕਟ ਜੀਆਂ ਤਿੰਨ ਪੇ ਸਲਿਪਸ ਲਾਉਣੀਆਂ ਰਹਿਣੇ ਨੇ ਆਈ ਨਹੀਂ ਦੱਸਿਆ ਵੀ ਕਿੰਨੀਆਂ ਲਾਉਣੀਆਂ ਨੇ ਪਰ ਕਟ-ਕਟ ਤਿੰਨ ਲਾਉਣੀਆਂ ਨੇ ਜਦੋਂ ਰਿਕੁਐਸਟ ਆਉਂਦੀ ਹੈ ਤਾਂ ਇਹ ਚੀਜ਼ ਕਹਿੰਦੇ ਨੇ ਤਾਂ ਇਸ ਤੋਂ ਇਸ ਅਪਡੇਟ ਤੋਂ ਇਹੀ ਚੀਜ਼ ਸਮਝ ਆਉਂਦੀ ਹੈ ਕਿ ਇਸ ਟਾਈਮ ਤੇ ਜਿਹੜੀ ਹੈਗਾ ਕੈਨੇਡੀਅਨ ਐਮਬੈਸੀ ਆ ਉਹ ਥੋੜਾ ਸੀਰੀਅਸ ਹੋ ਰਹੀ ਹੈ ਹੁਣ ਜੇ ਮੰਨ ਲਓ ਕਾਫੀ ਜਾਣਿਆਂ ਨੂੰ ਪਹਿਲਾਂ ਡਾਕੂਮੈਂਟ ਰਿਕੁਐਸਟ ਜਾਂਦੀ ਅੱਗੇ ਮੈਡੀਕਲ ਕੁਐਸਚਨ ਆਉਂਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦਾ ਰਿਵਰਟ ਉਹਨਾਂ ਨੂੰ ਦੇਖਣ ਨੂੰ ਮਿਲਦਾ ਤਾਂ ਇਸ ਟਾਈਮ ਤੱਕ ਉਹਨਾਂ ਨੇ ਇਹ ਚੀਜ਼ ਹੀ ਕਹੇ ਤੇ ਕਿ ਸਾਰੇ ਡਾਕੂਮੈਂਟ ਜਿਹੜੇ ਪਹਿਲਾਂ ਹੀ ਅਪਡੇਟ ਕਰ ਦਿਓ ਹੁਣ ਕਾਫੀ ਆਣੇ ਲਵੇ ਹੁੰਦੇ ਨਹੀਂ ਹੈਗੇ ਬਟ ਉਸ ਕੇਸ ਦੇ ਵਿੱਚ ਤੁਸੀਂ ਹੈਗਾ ਅਪਦਾ ਨੌਕ ਲੈਵਲ ਦੀ ਜੋਬ ਹੈ ਜਿਹੜੀ ਉਹ ਅਪਡੇਟ ਕਰ ਦਿਓ ਤੇ ਸੈਕੰਡ ਜਿਹੜਾ ਹੈਗਾ ਤੁਸੀਂ ਪੇ ਸਟਫਸ ਨੇ ਜਿਹੜੀਆਂ ਉਹ ਤੁਸੀਂ ਅਪਡੇਟ ਕਰ ਦਿਓ ਹਨ ਜਿਸ ਦੇ ਨਾਲ ਜਿਹੜਾ ਹੈਗਾ ਸੋ ਦਾ ਜਿਹੜਾ ਕੰਮ ਚੱਲ ਸਕਦਾ ਹੈ ਹੁਣ ਹੋ ਸਕਦਾ ਸਾਨੂੰ ਥੋੜਾ ਟਾਈਮ ਲੇ ਜਿਹੜਾ ਟਾਈਮ ਦਿੱਤਾ ਜਾਵੇ ਪਰ ਜਦੋਂ ਵੀ ਵਰਕ ਪਰਮਟ ਆਉਣਾ ਤਾਂ ਉਸ ਦੇ ਨਾਲ ਮੈਂ ਸਾਨੂੰ ਕਹੂੰਗਾ ਕਿ ਸੋ ਜਿਹੜਾ ਰੀਸੈਂਟ ਜਿਹੜਾ ਜੋਬ ਲੈਟਰ ਹੈਗਾ ਉਹ ਕਰ ਦੋ ਤੇ ਵਰਕ ਪਰਮਿਟ ਤੇ ਨੇ ਚੀਜ਼ਾਂ ਇਕੱਠੀਆਂ ਅਪਡੇਟ ਕਰ ਦੋਗੇ ਤਾਂ ਤੁਹਾਨੂੰ ਚਾਂਸੇ ਰਹਣਗੇ ਕਿ ਤੁਹਾਡਾ ਰਿਵਰਡ ਜਿਹੜਾ ਤੁਹਾਨੂੰ ਜਲਦ ਤੋਂ ਜਲਦ ਜਿਹੜਾ ਦੇਖਣ ਨੂੰ ਮਿਲ ਜੂਗਾ ਤਾਂ ਇਹ ਜਿਹੜਾ ਇੱਕ ਬਿਗ ਅਪਡੇਟ ਆਪਾਂ ਕਹਿ ਸਕਦੇ ਹਾਂ ਜੋ ਕਿ ਸਪਾਊਸ ਲੂਕ ਅਪੋਰਚਨਿਟੀ ਐਪਲੀਕੇਸ਼ਨਸ ਵਾਸਤੇ ਆਏਗਾ ਜੋ ਕਿ ਆਪਾਂ ਨੂੰ ਬਹੁਤ ਘੱਟ ਜਿਹੜੇ ਹੈਗੇ ਨੇ ਪਾਪ ਪਰਮਿਟ ਦੀ ਐਪਲੀਕੇਸ਼ਨ ਵਾਸਤੇ ਅਪਡੇਟ ਦੇਖਣ ਨੂੰ ਮਿਲਦੇ ਨੇਗੇ ਤਾਂ ਤੁਹਾਨੂੰ ਕਹੂੰਗਾ ਕਿ ਤੁਸੀਂ ਇਹ ਸਾਰੀ ਚੀਜ਼ਾਂ ਕਰਨੀਆਂ ਨੇ ਜੇਕਰ ਤੁਸੀਂ ਨਹੀਂ ਕਰੋਗੇ ਤਾਂ ਉਸ ਦੇ ਨਾਲ ਹੈਗਾ ਹੋ ਸਕਦਾ ਕਿ ਆਪਾਂ ਨੂੰ ਰਿਫਿਊਜ਼ਲ ਵੀ ਦੇਖਣੀ ਪੈ ਜੇ ਤਾਂ ਪ ਦੇਖ ਨੂੰ ਮਿਲ ਜਾਣਾ ਤੇ ਜਲ ਤੋਂ ਜਲ ਜੋ ਇੱਕ ਬੈਕਲੌਗ ਬਣਿਆ ਪਿਆਗਾ ਉਹ ਬੈਕਲੌਗ ਹੈ ਜਿਹੜਾ ਜਲ ਤੋਂ ਜਲਦ ਕਲੀਅਰ ਹੋ ਜਾਵੇ ਤਾਂ ਇਹ ਤੁਸੀਂ ਨਾ ਇਹੀ ਜਿਹੜਾ ਅਪਡੇਟ ਸ਼ੇਅਰ ਕਰਨਾ ਸੀਗਾ ਜੇਕਰ ਤੁਹਾਨੂੰ ਵੀਡੀਓ ਬਦਲੇ ਲੱਗਦਾ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਇਓ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਮੈਂ ਅੱਗੇ ਤੁਹਾਡੇ ਲਈ ਹੋਰ ਚੰਗੇ-ਚੰਗੇ ਵੀਡੀਓ ਲੈ ਕੇ ਆ ਸਕਾਂ ਤਾਂ ਸਿਰਫ ਇਹਨਾ ਓਕੇ ਜੀ ਥੈਂਕ ਯੂ